ਦੇਖੋ ਜਦੋਂ ਦਾ ਬਰਗਾੜੀ ਇਨਸਾਫ ਮੋਰਚਾ ਲੱਗਾ, ਬਰਗਾੜੀ ਇਨਸਾਫ ਮੋਰਚੇ ਨੇ ਬਾਦਲਾਂ ਦੇ ਪੈਰਾਂ ਥੱਲੋਂ ਸਿਆਸੀ ਜ਼ਮੀਨ ਕੱਢ ਦਿੱਤੀ ਅਤੇ ਉਹਨਾਂ ਦੇ ਪਾਪ ਦਾ ਘੜਾ ਚੁਰਾਹੇ 'ਚ ਭੰਨ ਦਿੱਤਾ। ਉਹਨਾਂ ਨੂੰ ਸ਼ਰੇ ਬਾਜ਼ਾਰ ਉਹਨਾਂ ਦੇ ਬੜੇ ਪਾਪ ਅਤੇ ਗੁਨਾਹ ਉਹ ਨੰਗੇ ਕਰ ਦਿੱਤੇ ਪੰਜਾਬ ਦੇ ਅੰਦਰ, ਅਤੇ ਲੋਕ ਲਿਫਾਫਿਆਂ 'ਚ ਗੋਹਾ ਪਾਈ ਖੜ੍ਹੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਤਿਆਰ, ਕਾਲੀਆਂ ਝੰਡੀਆਂ ਨਾਲ ਉਹਨਾਂ ਦਾ ਸਵਾਗਤ ਲੋਕਾਂ ਨੇ ਕੀਤਾ। ਉਹਨਾਂ ਨੂੰ ਆਪਣੇ ਪਾਪਾਂ ਅਤੇ ਗੁਨਾਹਾਂ ਦਾ ਜਿਹੜਾ ਹੈਗਾ ਉਹ ਹੁਣ ਪਾਪ ਸਤਾ ਰਿਹਾ, ਅਤੇ ਇਸ ਕਾਰਨ ਕਰਕੇ ਅੱਜ ਉਹਨਾਂ ਨੇ ਇਹ ਜਿਹੜਾ ਸੰਗਤਾਂ ਦੇ ਪੰਜਾਬ ਦੇ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਵਾਲਾ ਡਰਾਮਾ ਕੀਤਾ, ਇਹਨੂੰ ਪੰਥ ਅਤੇ ਪੰਜਾਬ ਦੇ ਲੋਕ ਪ੍ਰਵਾਨ ਨਹੀਂ ਕਰਨਗੇ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਪਹਿਲਾਂ ਪਾਪਾਂ ਦੀ ਆਪਣਿਆਂ ਦੀ ਲਿਸਟ ਜਾਰੀ ਕਰਨੀ ਚਾਹੀਦੀ ਹੈ ਬਾਦਲਾਂ ਨੂੰ, ਵੀ ਉਹਨਾਂ ਨੇ ਕਿਹੜੇ ਕਿਹੜੇ ਪਾਪ ਕੀਤੇ ਆ, ਕਿਹਨਾਂ ਕਿਹਨਾਂ ਨੂੰ ਉਹ ਪਾਪ ਮੰਨਦੇ ਆ, ਜਾਂ ਕਿਹੜੀਆਂ ਕਿਹੜੀਆਂ ਭੁੱਲਾਂ ਕੀਤੀਆਂ ਜਿਹਨਾਂ ਨੂੰ ਉਹ ਮੰਨਦੇ ਆ। ਭੁੱਲਾਂ ਦੀ ਮੁਆਫ਼ੀ ਮਿਲ ਸਕਦੀ ਉਹ ਵੀ ਜੇਕਰ ਦਿਲੋਂ ਬੰਦਾ ਮੁਆਫ਼ੀ ਮੰਗੇ ਤਾਂ, ਜਿਹੜੇ ਪਾਪ ਅਤੇ ਗੁਨਾਹ ਨੇ ਉਹਨਾਂ ਦੀ ਕਦੇ ਮਾਫ਼ੀ ਨਹੀਂ ਹੁੰਦੀ, ਉਹਨਾਂ ਦੀ ਸਜ਼ਾ ਹੁੰਦੀ ਹੈ। ਅਤੇ ਸਜ਼ਾ ਜਿਹੜੀ ਬਾਦਲਾਂ ਨੂੰ ਇਨਸਾਫ ਮੋਰਚੇ ਵੱਲੋਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਉਹ ਇਸ ਗੱਲ ਦੀ ਅਰਦਾਸ ਅਕਾਲ ਤਖ਼ਤ ਸਾਹਿਬ 'ਤੇ ਕਰਕੇ ਆਉਣ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਉਹ ਕਦੇ ਵੀ ਸਿਆਸੀ ਅਤੇ ਧਾਰਮਿਕ ਇਲੈਕਸ਼ਨ ਨਹੀਂ ਲੜਨਗੇ, ਤਖ਼ਤਾਂ ਅਤੇ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਨਹੀਂ ਰੱਖਣਗੇ, ਛੱਡਣਗੇ ਸਾਰਾ ਕੁਛ, ਅਤੇ ਤਾਂ ਪੰਥ ਅਤੇ ਪੰਜਾਬ ਦੇ ਲੋਕ ਉਹਨਾਂ ਨੂੰ ਜਿਹੜਾ ਹੈ ਉਹ ਮੁਆਫ਼ ਕਰਨ ਦੀ ਸੋਚ ਸਕਦੇ ਆ। ਜੇਕਰ ਉਹ ਇੱਦਾਂ ਉਹ ਆਪਣੀ ਸਿਆਸੀ ਭੁੱਖ ਦੇ ਵਾਸਤੇ ਵੀ ਸਿਆਸੀ ਜ਼ਮੀਨ ਜਿਹੜੀ ਖਿਸਕੀ ਆ ਉਹਨੂੰ ਦੁਬਾਰਾ ਪ੍ਰਾਪਤ ਕਰਨ ਵਾਸਤੇ ਸੰਗਤਾਂ ਦੇ ਅੱਖਾਂ 'ਚ ਡਰਾਮੇ ਕਰਨ, ਅੱਖਾਂ 'ਚ ਘਾਟਾ ਪਾਉਣ ਦੇ ਡਰਾਮੇ ਕਰਨ, ਉਹਨਾਂ ਨੂੰ ਪੰਥ ਅਤੇ ਪੰਜਾਬ ਦੇ ਲੋਕ ਜਿਹੜੇ ਆ ਉਹ ਪ੍ਰਵਾਨ ਨਹੀਂ ਕਰਨਗੇ। ਔਰ ਤੁਸੀਂ ਦੇਖੋ ਨਾ ਅੱਜ ਇਹਨਾਂ ਦੇ ਤਾਂ ਪੈਮਾਨੇ ਕੀ ਹੈ, ਸੁਖਬੀਰ ਬਾਦਲ ਦਾੜੀ ਖੋਲ੍ਹ ਕੇ ਅੱਜ ਉੱਥੇ ਸੇਵਾ ਕਰ ਰਿਹਾ, ਅਤੇ ਦਲਜੀਤ ਸਿੰਘ ਚੀਮਾ ਨਾਲ ਦਾੜੀ ਬੰਨ ਕੇ ਕਰ ਰਿਹਾ। ਵੀ ਦੱਸੋ ਸੁਖਬੀਰ ਚੀਮਾ ਬਾਦਲ ਠੀਕ ਆ ਕਿ ਦਲਜੀਤ ਚੀਮਾ ਠੀਕ ਆ? ਜੇਕਰ ਸੁਖਬੀਰ ਲਈ ਦਾੜੀ ਖੋਲ੍ਹਣੀ ਜ਼ਰੂਰੀ ਆ ਤਾਂ ਚੀਮੇ ਵਾਸਤੇ ਕਿਉਂ ਨਹੀਂ? ਉਹ ਵੀ ਅਕਾਲੀ ਦਲ ਦਾ, ਉਹਨਾਂ ਦਾ ਮੀਡੀਆ ਐਡਵਾਈਜ਼ਰ ਆ ਅਤੇ ਵੱਡਾ ਸਪਾਹ ਸਲਾਰ ਆ। ਪਹਿਲਾਂ ਵੀ ਇਹਨਾਂ ਦੇ ਬਲਵਿੰਦਰ ਸਿੰਘ ਭੂੰਦੜ ਨੇ ਦਾੜੀ ਬੰਨ ਕੇ ਤਖ਼ਤ ਸਾਹਿਬ 'ਤੇ ਮਾਫ਼ੀ ਮੰਗਣ ਦਾ ਡਰਾਮਾ ਕੀਤਾ ਸੀਗਾ। ਸੋ ਇਸ ਕਾਰਨ ਕਰਕੇ ਸਾਰਾ ਕੁਛ ਇਹਨਾਂ ਦੇ, ਦੂਜਾ ਉਹ ਜੋੜੇ ਤਾਂ ਸਾਫ਼ ਕਰਨੇ ਹੁੰਦੇ ਆ, ਜਿਹੜੇ ਚਮੜੇ ਦੇ ਜੋੜੇ ਹੁਣ ਉਹ ਪਾਲਿਸ਼ ਕਰਨੇ ਹੁੰਦੇ ਆ। ਅਤੇ ਤੁਸੀਂ ਦੇਖੋ ਸੁਖਬੀਰ ਅੱਜ ਵੀ ਪਤਾ ਨਹੀਂ ਉਹਨੂੰ ਨਸ਼ੇ ਦੀ ਵਾਧ ਘਾਟ ਸੀ, ਅੱਜ ਵੀ ਉਹ ਕਿਸੇ ਦੇ ਸਪੋਰਟਰ ਸੂ ਹੀ ਜਿਹੜਾ ਪਾਲਿਸ਼ ਕਰੀ ਜਾ ਰਿਹਾ। ਦੱਸੋ ਸਪੋਰਟਰ ਸੂ ਥੋੜ੍ਹੀ ਪਾਲਿਸ਼ ਕਰੀਦੇ ਆ, ਪਾਲਿਸ਼ ਤਾਂ ਚਮੜੇ ਦੇ ਜੋੜੇ ਕਰੀਦੇ ਆ। ਸੋ ਇਹ ਸਾਰਾ ਕੁਝ ਡਰਾਮੇ ਕਰ ਰਹੇ, ਇਹਨਾਂ ਨੂੰ ਪੰਥ ਅਤੇ ਪੰਜਾਬ ਦੇ ਲੋਕ ਜਿਹੜੇ ਆ ਪ੍ਰਵਾਨ ਨਹੀਂ ਕਰਨਗੇ। ਇੱਕੋ ਗੱਲ 'ਤੇ ਇਹਨਾਂ ਨੂੰ ਮਾਫ਼ੀ ਮੈਂ ਸਮਝਦਾ ਪੰਥ ਅਤੇ ਪੰਜਾਬ ਦੇ ਲੋਕ ਦੇ ਸਕਦੇ, ਜੇਕਰ ਇਹ ਭਵਿੱਖ ਦੇ ਵਿੱਚ ਸਾਰੀਆਂ ਸਿਆਸੀ ਅਤੇ ਧਾਰਮਿਕ ਇਲੈਕਸ਼ਨਾਂ ਨਾਲ ਲੜਨ ਅਤੇ ਘਰ ਬਹਿ ਕੇ ਰੱਬ ਰੱਬ ਕਰਨ ਅਤੇ ਪਾਪਾਂ ਦਾ ਪਛਤਾਵ ਕਰਨ। ਦੇਖੋ ਪਾਪ ਜਿਹੜੇ ਆ ਨਾ ਉਹ ਸੱਤ ਰਜਾਈਆਂ ਦੀ ਤਹਿ 'ਚ ਪਏ ਵੀ ਕੰਬਦੇ ਆ। ਕਿਸੇ ਬੰਦੇ ਨੂੰ ਠੰਡ ਦਾ ਸਰਦੀ ਦਾ ਕਾਂਬਾ ਛਿੜਿਆ ਹੋਵੇ ਨਾ ਅਤੇ ਉਹ ਕੰਬਲ ਲੈ ਕੇ ਅੱਗ ਸੇਕ ਕੇ ਹੀਟਰ ਸੇਕ ਕੇ ਰਜਾਈ ਲੈ ਕੇ ਕਾਂਬੇ 'ਤੇ ਕੰਟਰੋਲ ਕਰ ਸਕਦਾ, ਪਰ ਜਿਨ੍ਹਾਂ ਬੰਦਾ ਦੇ ਪਾਪ ਅਤੇ ਗੁਣਾਹ ਦਾ ਪਾਪਾ ਛਿੜ ਜੇ, ਕਾਂਬਾ ਛਿੜ ਜੇ ਜਿਨ੍ਹਾਂ ਨੂੰ, ਉਹਨਾਂ ਦੇ ਜਿਹੜੇ ਪਾਪ ਅਤੇ ਗੁਣਾਹ ਉਹ ਸੱਤ ਰਜਾਈਆਂ ਦੀ ਤਹਿ 'ਚ ਪਏ ਵੀ ਉਹ ਬੰਦੇ ਕੰਬਦੇ ਆ। ਜਿਨ੍ਹਾਂ ਦੇ ਗੁਣਾਹ ਜਿਹੜੇ ਪਾਪ ਆ ਉਹਨਾਂ ਦੇ ਕਾਰਨ ਕਰਕੇ ਜਿਹੜਾ ਖੁਦ ਹੀ ਉੱਥੇ ਜਾ ਕੇ ਅਤੇ ਆਪਣੀਆਂ ਭੁੱਲਾਂ ਅਤੇ ਗਲਤੀਆਂ ਅਤੇ ਗੁਣਾਹਾਂ ਦੀ ਗੱਲ ਕਰ ਰਹੇ ਆ, ਪਹਿਲਾਂ ਪੰਜਾਬ ਦੇ ਲੋਕਾਂ ਨੂੰ, ਦੁਨੀਆ ਦੇ ਲੋਕਾਂ ਨੂੰ ਆਪਣੇ ਪਾਪਾਂ ਦੀ ਗੁਣਾਹਾਂ ਦੀ ਲਿਸਟ ਜਾਰੀ ਕਰਨੀ ਚਾਹੀਦੀ ਵੀ ਇਹਨਾਂ ਨੇ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ, ਕਿੱਦਾਂ ਇਨਸਾਫ ਮੰਗਦੇ ਸਿੱਖਾਂ ਦਾ ਕਤਲੇਆਮ ਕੀਤਾ, ਕਿਵੇਂ ਭਾਈ ਕਮਲਜੀਤ ਸਿੰਘ ਸੁਨਾਮ, ਦਰਸ਼ਨ ਸਿੰਘ ਲੋਹਾਰਾ, ਭਾਈ ਜਸਪਾਲ ਸਿੰਘ ਚੌੜ ਸਿੱਧਵਾਂ, ਗੁਰਜੀਤ ਸਿੰਘ ਸਰਾਵਾਂ, ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ, ਕਿਵੇਂ ਇਹਨਾਂ ਨੂੰ ਸ਼ਹੀਦ ਕੀਤਾ, ਕਿਵੇਂ ਅਕਾਲ ਤਖ਼ਤ ਸਾਹਿਬ 'ਤੇ ਕਬਜ਼ਾ ਕੀਤਾ, ਕਿਵੇਂ ਸੌਦਾ ਸਾਧ ਨੂੰ ਮਾਫ਼ੀਨਾਮਾ ਜਾਰੀ ਕਰਾਇਆ, ਕਿਵੇਂ ਇਹਨਾਂ ਨੇ ਪੰਜਾਬ ਨੂੰ ਨਸ਼ਿਆਂ 'ਤੇ ਲਾਇਆ ਡਰੱਗ ਮਾਫ਼ੀਆ, ਕਿਵੇਂ ਇਹਨਾਂ ਨੇ ਪੰਜਾਬ ਦਾ ਰੇਤਾ ਅਤੇ ਬਜਰੀ ਲੁੱਟਿਆ, ਕਿਵੇਂ ਇਹਨਾਂ ਟਰਾਂਸਪੋਰਟ ਮਾਫ਼ੀਆ ਚਲਾਇਆ, ਕਿਵੇਂ ਇਹਨਾਂ ਨੇ ਸਿੱਖਾਂ 'ਤੇ ਝੂਠੇ ਮੁਕੱਦਮੇ ਪਾ ਕੇ ਮੇਰੇ ਵਰਗਿਆਂ ਨੂੰ ਜੇਲ੍ਹਾਂ 'ਚ ਡੱਕਿਆ, ਅਤੇ ਝੂਠੇ ਮੁਕੱਦਮਿਆਂ ਦਾ ਮੈਂ ਅੱਜ ਵੀ ਸਾਹਮਣਾ ਕਰਦਾ ਬਾਦਲਾਂ ਦੇ ਪਾਏ। ਇਹ ਸਾਰੀ ਪਾਪਾਂ ਦੀ ਲਿਸਟ ਪਹਿਲਾਂ ਇਹਨਾਂ ਨੂੰ ਲੋਕਾਂ ਦੇ ਸਾਹਮਣੇ ਰੱਖਣੀ ਚਾਹੀਦੀ ਆ, ਫਿਰ ਲੋਕ ਉਹਦੇ ਬਾਰੇ ਸੋਚਣਗੇ ਵੀ ਇਹਨਾਂ ਦੇ ਪਾਪਾਂ ਦੀ ਸਜ਼ਾ ਜਿਹੜੀ ਆ ਉਹ ਕੀ ਬਣਦੀ ਆ, ਅਤੇ ਫਿਰ ਲੋਕ ਇਹਦੇ ਬਾਰੇ ਸੋਚ ਸਕਦੇ ਆ। ਪਰ ਜਿਸ ਤਰੀਕੇ ਨਾਲ ਇਹਨਾਂ ਨੇ ਆਪ ਇੱਥੋਂ ਇਹ ਸਿੱਧ ਹੋ ਗਿਆ ਕਿ ਇਹਨਾਂ ਨੇ ਪਾਪ ਕੀਤੇ ਆ, ਗੁਨਾਹ ਕੀਤੇ ਆ ਪਿਛਲੇ 10 ਸਾਲਾਂ 'ਚ, ਜਿਹੜੇ ਆਪ ਹੀ ਉਹਨਾਂ ਪਾਪਾਂ ਗੁਨਾਹਾਂ ਦੀ ਮਾਫ਼ੀ ਲੈਣ ਵਾਸਤੇ ਅਕਾਲ ਤਖ਼ਤ ਸਾਹਿਬ 'ਤੇ ਗਏ ਆ।